ਪੰਜਾਬੀ ਦੇ ਪ੍ਰਸਿੱਧ ਵਰਤਕਕਾਰ ਪ੍ਰਿੰਸੀਪਲ ਤੇਜਾ ਸਿੰਘ ਪਟਿਆਲੇ ਦੇ ਮਹਿੰਦਰਾ ਕਾਲਜ ਚੰਗਰੀਜੀ ਪੜਾਉਂਦੇ ਸਨ ਉਹ ਬੜੇ ਭਾਵੁਕ ਤੇ ਸ਼ਰਮਾਕਲ ਸਨ ਇੱਕ ਵਾਰੀ ਉਹਨਾਂ ਨੇ ਸ਼ੇਕਸਪੀਅਰ ਦੇ ਇੱਕ ਨਾਟਕ ਵਿੱਚਲਾ ਇਸਤਰੀ ਪੁਰਸ਼ ਦੇ ਪਿਆਰ ਤੇ ਚੋਲ-ਮੋਲ ਵਾਲਾ ਦ੍ਰਿਸ਼ ਪੜਾਉਣਾ ਸੀ ਸੋ ਉਹਨਾਂ ਨੇ ਆਪਣੀਆਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਕੱਲ ਨਾ ਆਉਣ ਪਰ ਜਦੋਂ ਅਗਲੇ ਦਿਨ ਕਲਾਸ ਚ ਗਏ ਤਾਂ ਵਿਦਿਆਰਥਣਾ ਆਪਣੀਆਂ ਸਹੇਲੀਆਂ ਨੂੰ ਵੀ ਲੈ ਕੇ ਆਈਆਂ ਸਨ ਤੇ ਸਾਰਾ ਕਮਰਾ ਲੜਕੀਆਂ ਨਾਲ ਭਰਿਆ ਪਿਆ ਸੀ ਤੇ ਲੜਕੇ ਬਾਹਰ ਖਲੋਤੇ ਸਨ ਧੰਨਵਾਦ